ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਵਿੰਦਰ ਸਿੰਘ, ਮਾਰਕੀਟਿੰਗ ਮੈਨੇਜਰ ਫਰੋਮ ਮੋਲਡ ਇੰਡਸਟਰੀ ਸਰਹੰਦ ਤੋਂ। ਦੋਸਤੋ, ਹਰੇਕ ਕਸਟਮਰ ਦਾ ਆਪਣਾ ਸੁਪਨਾ ਹੁੰਦਾ ਕਿ ਉਹ ਆਟੋ ਯੂਨਿਟ ਲਗਾਉਣਾ ਚਾਹੁੰਦਾ, ਅਤੇ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਅਸੀਂ ਬਹੁਤ ਹੀ ਸਸਤੇ ਰੇਟ ਦੇ ਵਿੱਚ ਆਟੋ ਯੂਨਿਟ। ਜਿਵੇਂ ਕਿ ਸਟਾਰਟਿੰਗ ਤੋਂ ਕਰ ਲੈਂਦੇ ਆਪਾਂ, ਇਹ ਆ ਜਾਂਦੀ ਹੈ ਸਾਡੀ ਕੋਲਡ ਪ੍ਰੈਸ, ਜੋ ਕਿ ਇਹ J50T.in ਕਲਾਸਿਕ ਮਾਡਲ ਆ ਜੀ ਸਾਡਾ। ਇਹਦੇ ਵਿੱਚ ਤੁਸੀਂ 20 ਤੋਂ 25 ਬੋਰਡ ਪੇਸਟ ਕਰ ਸਕਦੇ ਹਾਂ, ਅਤੇ ਇਹਦੀ ਜਿਹੜੀ ਸਪੇਸ ਆ ਉਹ 600 mm ਆ, ਅਤੇ 50 ਟਨ ਦਾ ਵੇਟ ਪਾਉਂਦੀ ਹੈ ਇਹ। ਅਤੇ ਇਹ ਤੋਂ ਅੱਗੇ ਆ ਜਾਂਦਾ ਸਰ ਪੈਨਲਸਾ ਦੇ ਵਿੱਚ ਤੁਹਾਡੀ ਆਪਣੀ ਚੋਇਸ ਆ, ਜਿਵੇਂ ਕਿ ਇਹਨਾਂ ਨੇ ਲਗਾਇਆ J3200.in ਪ੍ਰੋ ਮਾਡਲ। ਇਹਦੇ ਵਿੱਚ ਤੁਸੀਂ ਇਹ ਕੱਟ ਕੇ ਤੁਸੀਂ ਕਲਾਸਿਕ ਮਾਡਲ ਵੀ ਲਗਾ ਸਕਦੇ ਹੋ ਸਾਡਾ, ਅਤੇ ਇਹਦੇ ਵਿੱਚ 45 ਟਿਲਟ, ਅਪ ਡਾਊਨ ਦੀ ਮੂਵਮੈਂਟ, ਠੀਕ ਹੈ ਜੀ, ਡਿਜੀਟਲ ਮੀਟਰ, ਅਤੇ ਅੱਗੇ ਆਪਣੀ ਆ ਜਾਂਦੀ ਹੈ ਬਹੁਤ ਹੀ ਸਸਤੇ ਰੇਟ ਦੇ ਵਿੱਚ ਆਟੋ ਐਜਵੈਂਡਰ ਮਸ਼ੀਨ। ਇਹਦੇ ਵਿੱਚ ਦੋਸਤੋ ਆਪਾਂ ਨੂੰ ਮਿਲ ਰਿਹਾ ਟੱਚ ਸਕਰੀਨ, ਜੋ ਆਪਸ਼ਨ ਨੇ ਸਾਰੇ ਟੱਚ ਨੇ ਇਹਦੇ, ਅਤੇ ਇਹ ਹੈਗੀ ਪ੍ਰੈਸ਼ਰ ਅਪ ਡਾਊਨ ਦੀ ਮੂਵਮੈਂਟ, ਜਿਵੇਂ ਕਿ ਕਿੰਨੇ ਥਿਕਨੈਸ ਦਾ ਪੀਸ ਲਗਾਉਣਾ ਆਪਾਂ ਨੇ। ਅਤੇ ਇਹਦੇ ਵਿੱਚ ਜਿਹੜੇ ਰੋਲਰ ਨੇ ਉਹ 2 ਸਾਈਡ ਨੇ, ਜਿਵੇਂ ਕਿ ਅਦਰ ਕੰਪਨੀ ਦੇ ਆਪਾਂ ਦੇਖਦੇ ਹਾਂ ਨਾ 1 ਸਾਈਡ ਹੁੰਦੇ ਨੇ, ਇੱਕ ਇਹ ਸਾਈਡ ਨੇ, ਇੱਕ ਇਹਦੇ ਵਿੱਚ ਇਹ ਸਾਈਡ ਨੇ, 2 ਸਾਈਡ ਨੇ। ਅਤੇ ਇਹ ਮਾਡਲ ਆ ਜਾਂਦਾ ਸਾਡਾ H43 ਆਟੋ ਐਜ ਵੈਂਡਰ, ਅਤੇ ਇਹ ਬਹੁਤ ਹੀ ਜੈਨੂਅਨ ਰੇਟ ਦੀ ਮਸ਼ੀਨ ਆ। ਅਤੇ ਇਹ ਇੰਸਟਾਲੇਸ਼ਨ ਹੋਈ ਹੈ ਜੀ, ਇਹ ਆ ਜਾਂਦਾ। ਇਹਦੇ ਵਿੱਚ ਆਪਾਂ ਨੂੰ ਮਿਲ ਜਾਂਦੀਆਂ ਨੇ 3 ਪ੍ਰੈਸ਼ਰ ਰੋਲਰ ਨੇ, 2-3 ਐਂਡ ਕਟਿੰਗ ਮਿਲ ਜਾਂਦੀ ਹੈ ਆਪਾਂ ਨੂੰ, ਉੱਪਰ ਨੀਚੇ ਟ੍ਰੀਮਿੰਗ ਮਿਲ ਜਾਂਦੀ ਆ, ਠੀਕ ਹੈ ਜੀ। ਇਹਦੇ ਵਿੱਚ ਜਿਹੜੇ ਕਟਰ ਨੇ ਡਾਇਮੰਡ ਕਟਰ ਲੱਗੇ ਹੋਏ ਨੇ, ਸਕਰੈਪਿੰਗ ਮਿਲ ਜਾਂਦੀ ਆ ਅਤੇ ਬਫਿੰਗ ਮਿਲ ਜਾਂਦੀ ਆ। ਅਤੇ ਇਹ ਮਸ਼ੀਨਰੀ ਆਪਾਂ ਨੂੰ ਬਹੁਤ ਹੀ ਘੱਟ ਰੇਟ 'ਚ, ਜਿਵੇਂ ਕਿ ਹਰੇਕ ਦਾ ਸੁਪਨਾ ਹੁੰਦਾ ਕਿ ਆਪਾਂ ਆਟੋ ਯੂਨਿਟ ਹੀ ਲਗਾਉਣਾ, ਅਤੇ ਬਹੁਤ ਹੀ ਘੱਟ ਰੇਟ 'ਚ ਆਪਾਂ ਨੂੰ ਆਟੋ ਯੂਨਿਟ ਮਿਲ ਸਕਦਾ ਹੈ। ਅਤੇ ਦੋਸਤੋ, ਜੇਕਰ ਤੁਸੀਂ ਵੀ ਇਹ ਯੂਨਿਟ ਲਗਾਉਣਾ ਚਾਹੁੰਦੇ ਹੋ ਤਾਂ ਮੂਲਟ ਇੰਡਸਟਰੀ ਸਰਹੰਦ ਮਿਸਟਰ ਜੋਗੇਸ਼ ਜੀ ਨਾਲ ਸੰਪਰਕ ਕਰੋ। ਧੰਨਵਾਦ।